ਹਾਂਜੀ ਹਰ ਬੰਦਾ ਪਰੇਸ਼ਾਨ ਹੈ ਇਸ ਮਹਿੰਗਾਈ ਦੇ ਉੱਤੇ, ਬੱਚਿਆਂ ਤੋਂ ਲਾ ਕੇ ਬੁੱਢਿਆਂ ਤੱਕ। ਅੱਲਾ ਹਦਾਇਤ ਦੇਵੇ ਇਸ ਹਕੂਮਤ ਨੂੰ ਕਿ ਮਹਿੰਗਾਈ ਘੱਟ ਕਰਨ, ਬਿਜਲੀ ਦੇ ਬਿੱਲ ਘੱਟ ਕਰਨ, ਕਿ ਹਰ ਬੰਦਾ ਪਰੇਸ਼ਾਨ ਹੈ। ਖੁਦਕੁਸ਼ੀਆਂ ਕਰਨ ਵਾਸਤੇ ਆਵਾਮ ਐਸ ਕਰਨ ਤਿਆਰ ਹੈ ਜਨਾਬ। ਜਨਾਬ ਬਾਬਾ ਪੀਰ ਕਾਂ ਵਾਲੀ ਸਰਕਾਰ ਸਾਹਿਬ ਜਿਹੜੇ ਨਾ, ਇਹਨਾਂ ਨੇ ਖਸੂਸੀ ਟਾਈਮ ਦਿੱਤਾ ਸਾਨੂੰ ਮਹਿੰਗਾਈ ਦੇ ਉੱਤੇ ਵੀ ਕੁਛ ਬੋਲਣਾ ਚਾਹੁੰਦੇ ਨੇ। ਇਹ ਬਹੁਤ ਤੰਗ ਨੇ, ਆਵਾਮ ਵੀ ਵਿਚਾਰੀ ਤੰਗ ਹੈ, ਲੇਕਿਨ ਬਿਜਲੀ ਦੇ ਬਿੱਲ ਜਿਹੜੇ ਨੇ ਬਹੁਤ ਜ਼ਿਆਦਾ ਆਏ ਨੇ ਉਹਨਾਂ ਦੇ ਉੱਤੇ। ਬਿਜਲੀ ਦੇ ਬਿੱਲਾਂ ਦੇ ਬਾਰੇ ਤੁਸੀਂ ਕੀ ਕਹੋਗੇ ਬਾਬਾ ਜੀ? ਦੇਖੋ ਜੀ, ਸਾਡੀ ਸੈਲਰੀ ਜੋ ਹੈ, ਇਨਕਮ ਹੈ, ਬਹੁਤ ਕੰਮ ਹੈ, 10-20 ਹਜ਼ਾਰ ਰੁਪਏ ਬਿੱਲ 30 ਹਜ਼ਾਰ ਰੁਪਏ ਦਿੰਦੇ ਆ। ਹੁਣ ਬੁੱਢੇ ਦੱਸੋ ਕੀ ਕਰਨ, ਹੁਣ ਬੁੱਢੇ ਬਜ਼ੁਰਗ ਵੀ ਖੁਦਕੁਸ਼ੀਆਂ ਕਰਨ ਵਾਸਤੇ ਤਿਆਰ ਹੈ ਜਨਾਬ। ਇੱਥੇ ਹਕੂਮਤ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਬੱਚਿਆਂ ਔਰ ਬੁੱਢਿਆਂ ਦੇ ਉੱਤੇ ਨਜ਼ਰ ਅਸਾਨੀ ਕਰਨ।